ਕਿੱਦਾਂ ਦਾ ਇਹ ਦੱਸੋ ਦੋਨੇ ਮਿਲ ਕੇ ਕੁਲਚੇ ਛੋਲੇ ਵੇਚ ਰਹੇ ਹੋ ਕਿੱਦਾਂ ਦਾ ਲੱਗ ਰਿਹਾ ਬਹੁਤ ਅੱਛਾ ਲੱਗਦਾ ਬਹੁਤ ਅੱਛਾ ਹਾਂਜੀ ਰਿਸਪੌਂਸ ਕਿੱਦਾਂ ਦਾ ਬਹੁਤ ਵਧੀਆ ਆਂਦਾ ਅੱਛਾ ਪਹਿਲਾਂ ਕਿੰਨੇ ਟਾਈਮ ਹੋ ਗਿਆ ਤੁਹਾਨੂੰ ਇਹ ਕੰਮ 9 ਮਹੀਨੇ ਹੋ ਗਏ ਬਹੁਤ ਅੱਛਾ ਲੱਗਦਾ ਕੋਈ ਇਹੋ ਜਿਹੀ ਗੱਲ ਨਹੀਂ ਆਪਣੀ ਫੈਮਿਲੀ ਤਰ੍ਹਾਂ ਹੁੰਦੇ ਜਿਹੜਾ ਕੋਈ ਗਾਹਕ ਵੀ ਆਂਦਾ ਗਾਹਕ ਨਹੀਂ ਹੁੰਦਾ ਇੱਕ ਫੈਮਿਲੀ ਤਰ੍ਹਾਂ ਆਪਾਂ ਜਿਵੇਂ ਬੱਚਿਆਂ ਨੂੰ ਰੋਟੀ ਪਾਣੀ ਬਣਾ ਕੇ ਦਿੰਨੇ ਆ ਬਸ ਇਸ ਤਰ੍ਹਾਂ ਹੀ ਆ ਜਿਹੜੇ ਛੋਲੇ ਬਣਾ ਕੇ ਆਨੇ ਹੋ ਘਰੋਂ ਬਣਾ ਕੇ ਲੈ ਕੇ ਹਾਂਜੀ ਆਪਣੇ ਚੁੱਲ੍ਹੇ ਤੇ ਧਰੀਦੇ ਆ ਗਿੱਟੀ ਦੇ ਉਹਦਾ ਗੈਸ ਤੇ ਧਰਦੇ ਆ ਤੇ ਖੁੱਲੇ ਭਾਂਡੇ ਚ ਉਬਾਲੀਦੇ ਆ ਕੁੱਕਰਾਂ ਚ ਨਹੀਂ ਹੈਗਾ ਜਾਨੀ ਕਿ ਜਦੋਂ ਬਾਅਦ ਚ ਰਿਟਾਇਰਮੈਂਟ ਹੋ ਗਿਆ ਆਪਾਂ ਘੁੰਮਣ ਜਾਣਾ ਇਦਾਂ ਕਰਨਾ ਉਦਾਂ ਕਰਨਾ ਸੁਪਨੇ ਤੇਰਾ ਘੁੰਮ ਲਿਆ 6 ਮਹੀਨੇ ਘੁੰਮਣ ਚ ਲਾਏ ਆ मिलावटी कोई चीज जिवें आपां फैमिली च जाने के खाना बनाई दा बच्चों नूं भी देई दा उस तरह ही बच्चे ही हुंदे आ ना अपने भैन भरा ही हुंदे अपने है ना ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਸਿਟੀ ਹੈਡਲਾਈਨ ਤੇ ਮੈਂ ਹਾਂ ਨੇਹਾ ਮਲਿਕ ਅਕਸਰ ਹੀ ਅਸੀਂ ਤੁਹਾਨੂੰ ਬਹੁਤ ਡਿਫਰੈਂਟ ਡਿਫਰੈਂਟ ਟਾਈਪ ਕੀ ਜਿਹੜੇ ਦੇ ਸਟਰੀਟ ਫੂਡਸ ਜਿਹੜੇ ਨੇ ਦਿਖਾਣੇ ਆ ਪਰ ਅੱਜ ਸਾਡੇ ਨਾਲ ਅੰਕਲ ਆਂਟੀ ਜੀ ਮੌਜੂਦ ਨੇ ਜੋ ਕਿ ਕੁਲਚੇ ਛੋਲੇ ਦੀ ਰੇੜੀ ਲਾ ਰਹੇ ਨੇ ਬੜੇ ਫੇਮਸ ਨੇ ਆਪਸ ਦੇ ਵਿੱਚ ਇਹਨਾਂ ਦਾ ਬੜਾ ਪਿਆਰਾ ਗੱਲ ਕਰ ਲੈਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਵਧੀਆ ਜੀ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਦੋਨੇ ਮਿਲ ਕੇ ਕੁਲਚੇ ਛੋਲੇ ਵੇਚ ਰਹੇ ਹੋ ਕਿੱਦਾਂ ਦਾ ਲੱਗ ਰਿਹਾ ਬਹੁਤ ਅੱਛਾ ਲੱਗਦਾ ਬਹੁਤ ਅੱਛਾ ਲੱਗਦਾ ਹਾਂਜੀ ਰਿਸਪੌਂਸ ਕਿੱਦਾਂ ਦਾ ਬਹੁਤ ਵਧੀਆ ਆਂਦਾ ਅੱਛਾ ਪਹਿਲਾਂ ਕਿੰਨੇ ਟਾਈਮ ਹੋ ਗਿਆ ਤੁਹਾਨੂੰ ਇਹ ਕੰਮ 9 ਮਹੀਨੇ ਹੋ ਗਏ ਜਾਨੇ 11ਵੇਂ ਮਹੀਨੇ ਚ ਲੱਗੇ 24 ਤਰੀਕ ਨੂੰ ਜੀ ਹਾਂਜੀ ਗੱਲ ਕੀਤੀ ਜਾਵੇ ਇਹ ਤੋਂ ਪਹਿਲਾਂ ਕੀ ਕਰਦੇ ਸੀ ਪਹਿਲਾਂ ਹੋਮ ਗਾਰਡ ਸੀ ਡਿਊਟੀ ਦਿੰਦੇ ਸੀ ਮੈਂ ਤਾਂ ਕਰਦੇ ਕਰਦੇ ਹਾਂਜੀ ਹਮੇਸ਼ਾ ਤੁਸੀਂ ਘਰ ਦਾ ਕੰਮ ਕੀਤਾ ਅੱਜ ਬਾਹਰ ਖੜੇ ਹੋ ਕੇ ਛੋਲੇ ਕੁਲਚੇ ਵੇਚਨੇ ਕਿੱਦਾਂ ਦਾ ਲੱਗਦਾ ਬਹੁਤ ਅੱਛਾ ਲੱਗਦਾ ਕੋਈ ਇਹੋ ਜੀ ਗੱਲ ਨਹੀਂ ਆਪਣੀ ਫੈਮਿਲੀ ਤਰ੍ਹਾਂ ਹੁੰਦੇ ਜਿਹੜਾ ਕੋਈ ਗਾਹਕ ਵੀ ਆਂਦਾ ਗਾਹਕ ਨਹੀਂ ਹੁੰਦਾ ਇੱਕ ਫੈਮਿਲੀ ਤਰ੍ਹਾਂ ਆਪਾਂ ਜਿਵੇਂ ਬੱਚਿਆਂ ਨੂੰ ਰੋਟੀ ਪਾਣੀ ਬਣਾ ਕੇ ਦਿੰਨੇ ਆ ਬਸ ਇਸ ਤਰ੍ਹਾਂ ਹੀ ਆ ਇੱਕ ਗੱਲ ਹੋਰ ਮੈਨੂੰ ਲੱਗਦਾ ਛੋਲੇ ਕੁਲਚੇ ਤੁਹਾਨੂੰ ਦੋਨਾਂ ਨੂੰ ਬੜੇ ਪਸੰਦ ਆ ਤਾਂ ਹੀ ਤੁਸੀਂ ਛੋਲੇ ਕੁਲਚੇ ਰੱਖੇ ਆ ਹਾਂਜੀ ਕਿਹਦੇ ਫੇਵਰੇਟ ਹੈ ਤੁਹਾਡੇ ਕੀ ਅੰਕਲ ਜੀ ਦੇ ਅੱਛਾ ਤੁਹਾਡੇ ਫੇਵਰੇਟ ਛੋਲੇ ਕੁਲਚੇ ਹਾਂਜੀ ਹਾਂਜੀ ਮੇਰੇ ਤਾਂ ਹੀ ਕਰਕੇ ਤੁਸੀਂ ਛੋਲੇ ਕੁਲਚੇ ਰੱਖੇ ਹਾਂਜੀ ਹਾਂਜੀ ਮਤਲਬ ਅੰਕਲ ਦੀ ਖਾਸ ਧਿਆਨ ਰੱਖਿਆ ਗਿਆ ਕਿ ਅੰਕਲ ਦਾ ਫੇਵਰੇਟ ਕੀ ਹੈ ਇਹੀ ਆ ਬਸ ਇਹਦਾ ਤਾਂ ਅੱਛਾ ਕਿੰਨਾ ਟਾਈਮ ਲੱਗਦਾ ਇਹ ਚੀਜ਼ਾਂ ਤਿਆਰ ਕਰਨ ਬਸ ਤੋਂ ਬਸ 5 ਘੰਟੇ ਲੱਗਦੇ ਆ ਤਿਆਰ ਹੋਣ ਨੂੰ ਹਾਂਜੀ ਛੋਲੇ ਬਣਾ ਕੇ ਆਨੇ ਹੋ ਘਰੋਂ ਬਣਾ ਕੇ ਲੈ ਕੇ ਹਾਂਜੀ ਆਪਣੇ ਚੁੱਲ੍ਹੇ ਤੇ ਧਰੀਦੇ ਆ ਗਿੱਟੀ ਦੇ ਉਹਦਾ ਗੈਸ ਤੇ ਧਰਦੇ ਆ ਤੇ ਖੁੱਲੇ ਭਾਂਡੇ ਚ ਉਬਾਲੀਦੇ ਆ ਕੁੱਕਰਾਂ ਚ ਨਹੀਂ ਹੈਗਾ ਜਾਨੀ ਕਿ ਕਿੰਨਾ ਟਾਈਮ ਲੱਗਦਾ ਹੈ ਫਿਰ ਵੀ ਕੋਈ 15-20 ਮਿੰਟ ਜਾਂ ਅੱਧਾ ਘੰਟਾ ਤਾਂ ਲੱਗ ਹੀ ਜਾਂਦਾ ਹਾਂ ਵਧੀਆ ਛੋਲੇ ਹੁਣ ਉਹਨੂੰ ਅੱਧੇ ਘੰਟੇ ਚ ਜਾਨੀ ਕਿ ਤਿਆਰ ਹੋ ਜਾਂਦੇ ਕੰਪਲੀਟ ਹਾਂਜੀ ਕਹਿੰਦੇ ਵੀ ਤੁਹਾਡੇ ਛੋਲੇ ਕੁਲਚੇ ਛੋਲੇ ਬੜੇ ਮਸ਼ਹੂਰ ਨੇ ਲੋਕ ਬਹੁਤ ਜ਼ਿਆਦਾ ਖਾ ਕੇ ਪਸੰਦ ਕਰਦੇ ਨਾਲ ਦੀ ਨਾਲ ਫੋਟੋ ਵੀ ਕਲਿੱਕ ਕਰਾ ਕੇ ਜਾਂਦੇ ਹਾਂਜੀ ਹਾਂਜੀ ਫੋਟੋ ਅੱਛਾ ਜਦੋਂ ਫੋਟੋ ਕਲਿੱਕ ਕਰਾ ਕੇ ਜਾਂਦੇ ਨੇ ਤੁਹਾਡੇ ਨਾਲ ਕਿੱਦਾਂ ਦਾ ਲੱਗਦਾ ਬਹੁਤ ਅੱਛਾ ਮਸੂਸ ਬਹੁਤ ਵਧੀਆ ਲੱਗਦਾ ਬਹੁਤ ਵਧੀਆ ਲੱਗਦਾ ਜੀ ਅੱਛਾ ਹਾਂਜੀ ਹਾਂਜੀ ਕਹਿੰਦੇ ਇੱਕ ਘਰ ਗ੍ਰਿਸਤੀ ਜੇ ਰਹਿ ਕੇ ਬੰਦ ਜੇ ਹੋ ਜਾਂਦਾ ਬੰਦਾ ਨਾ ਥੋੜਾ ਜਿਹਾ ਬਾਹਰ ਨਿਕਲੋ ਥੋੜੀ ਨੌਲੇਜ ਵੀ ਪਤਾ ਲੱਗਦੀ ਹੈ ਦੁਨੀਆਦਾਰੀ ਵੀ ਪਤਾ ਲੱਗਦੀ ਆ ਜੀ ਇਸ ਕਰਕੇ ਗੱਲ ਕੀਤੀ ਜਾਵੇ ਅੰਕਲ ਦੀ ਅੰਕਲ ਜਿਹੜੇ ਨੇ ਹੋਮ ਪੰਜਾਬ ਹੋਮ ਗਾਰਡ ਸੀਗੇ ਤੇ ਅੱਜ ਇੱਕ ਰੇੜੀ ਲਾ ਰਹੇ ਨੇ ਪਰ ਕਿਤੇ ਨਾ ਕਿਤੇ ਹੁੰਦਾ ਹੈ ਜਦੋਂ ਬਾਅਦ ਚ ਰਿਟਾਇਰਮੈਂਟ ਹੋ ਗਿਆ ਆਪਾਂ ਘੁੰਮਣ ਜਾਣਾ ਇਦਾਂ ਕਰਨਾ ਉਦਾਂ ਕਰਨਾ ਸੁਪਨੇ ਤੇਰਾ ਘੁੰਮ ਲਿਆ 6 ਮਹੀਨੇ ਘੁੰਮਣ ਚ ਲਾਏ ਕਿੱਥੇ ਕਿੱਥੇ ਗਏ ਸੀ ਮੈਂ ਤਾਂ ਸਾਰੇ ਪਾਸੇ ਜਾਇਆ ਜੀ ਪਰ ਮੈਨੂੰ ਹੀ ਡਿਊਟੀ ਜਾ ਦਿੱਤੀ ਇਹਨਾਂ ਨੇ ਘੁੰਮਣ ਦੀ ਅੱਛਾ ਹਰ ਪਾਸੇ ਗਏ ਹਰ ਹਜੂਰ ਸਾਹਿਬ ਆਸਾਮ ਸਾਰੇ ਪਾਸੇ ਗਏ ਅੱਛਾ ਅੰਕਲ ਨਹੀਂ ਨਾਲ ਗਏ ਇਹ ਨਹੀਂ ਗਏ ਕਿਉਂ ਅੰਕਲ ਡਰ ਲੱਗਦਾ ਸੀ ਨਹੀਂ ਡਰ ਤਾਂ ਹੀ ਲੱਗਦਾ ਵੀ ਮੈਂ ਚਲੋ ਕੰਮ ਕਰ ਪਿੱਛੋਂ ਆਪਣਾ ਸੇਵਾਵਾਂ ਨਵਾਈ ਬਹੁਤ ਕਰਾਈ ਇਹਨਾਂ ਨੇ ਉਹਨਾਂ ਵੈਸੇ ਮਤਲਬ ਖੁਸ਼ੀ ਹੁੰਦੀ ਹੈ ਰੱਬ ਨੇ ਇੰਨਾ ਸੋਹਣਾ ਤੁਹਾਨੂੰ ਹਸਬੈਂਡ ਪਰਮਾਤਮਾ ਨੇ ਤਾਂ ਹੀ ਕਹਿੰਨੇ ਵੀ ਰਿਜ਼ਕ ਪਰਮਾਤਮਾ ਹੀ ਦਿੰਦਾ ਆਪਣੇ ਪੱਲੇ ਤਾਂ ਕੁਝ ਨਹੀਂ ਹੈਗਾ ਅੱਛਾ ਹਾਂਜੀ ਮੈਂ ਇੱਕ ਵਾਰੀ ਜਿਹੜੇ ਕੁਲਚੇ ਛੋਲੇ ਦੀ ਗੱਲ ਹੋ ਰਹੀ ਇੱਕ ਵਾਰੀ ਲਾ ਕੇ ਵੀ ਦਿਖਾ ਦੋ ਆਪਣੇ ਪੰਜਾਬੀ ਸਟਾਈਲ ਦੇ ਵਿੱਚ ਠੀਕ ਆ ਸਰ ਠੀਕ ਸੋ ਦੇਖ ਸਕਦੇ ਹੋ ਅੱਛਾ ਆਂਟੀ ਇੱਕ ਗੱਲ ਹੋਰ ਕਿੰਨਾ ਪਿਆਰ ਕਰਦੇ ਹੋ ਇਹ ਤਾਂ ਪਤਾ ਨਹੀਂ ਮੈਂ ਪਿਆਰ ਬਹੁਤ ਘੱਟ ਕਰਦੀ ਕਿਸੇ ਨੂੰ ਇਨਸਾਨੀਅਤ ਨਾਲ ਤੇ ਪਿਆਰ ਹੁੰਦਾ ਕਹਿੰਦੇ ਦਿਖਾਵੇ ਦਾ ਪਿਆਰ ਨਹੀਂ ਹੁੰਦਾ ਹਨਾ दिखावे दा प्यार होया प्यार नहीं ना मन्ना जांदा फिर है अपने ਬੜਾ ਹਾਂਜੀ
परेशान नहीं करना पर नहीं इन्हां दे कॉलेज दे उधर कॉलेज भी सीगा सारे बहुत प्यार बच्चे भी बहुत करते सी ते इन्हां दे जड़े जाने जड़े अफसर सी वड्डे वो बहुत ज्यादा करते सी पर बहुत देर नहीं ऐदा नहीं हैगा भी हरदम ही लड़दे रहो कौन मनांदा कौन हांजी मनांदा कौन जदों कोई लड़ाई हो जावे नाराज हो जावे फिर असीं नाराज़ी वाला साडा काम ही नहीं साडा बस दो मिनट ली हुंदा हां बहुत देर नहीं रखी दा बहुत देर फिर प्याज हाँ जी ग्रीन सॉस चिली सॉस फाइनली फिर नींबू ਫਾਈਨਲੀ ਲੁੱਕ ਜਿਹੜੀ ਤੁਸੀਂ ਦੇਖ ਸਕਦੇ ਹੋ ਕੁਲਚੇ ਛੋਲੇ ਦੀ ਬਣ ਚੁੱਕੀ ਹੈ ਦੇਖ ਸਕਦੇ ਹੋ ਕਿੰਨਾ ਟੇਸਟੀ ਲੱਗ ਰਿਹਾ ਅੱਛਾ ਇਹਦਾ ਪ੍ਰਾਈਸ ਕਿੰਨੇ ਆ 20 ਰੁਪਏ ਜੀ 20 ਰੁਪਏ ਹਾਂਜੀ ਜੇ ਕੋਈ ਇੱਥੇ ਆ ਕੇ ਵਿਜ਼ਿਟ ਕਰਨਾ ਚਾਹੇ ਤਾਂ ਇੱਕ ਵਾਰੀ ਆਪਣੀ ਲੋਕੇਸ਼ਨ ਦੱਸ ਦੋਗੇ ਮੇਰੀ ਹੈਗੀ ਟੋਲੇ ਵਾਲ ਚੌਂਕ ਦਿੱਲੀ ਰੋਡ ਨੂੰ ਜਾ ਰਹੀ ਆ ਜੀ ਆਪਾਂ ਆਪਣੀ ਲਿਬੜ ਆਫਿਸ ਦੇ ਨਹੀਂ ਦੇਖਾ ਸੀ ਗਾਇਜ਼ ਆ ਦੇਖ ਸਕਦੇ 20 ਰੁਪਏ ਦੇ ਵਿੱਚ ਤੁਹਾਨੂੰ ਆਏ ਕੁਲਚਾ ਜਿਹੜੇ ਮਿਲ ਸਕਦਾ ਹੈ ਅੰਕਲ ਆਂਟੀ ਦਾ ਪਿਆਰ ਦੇ ਵਿੱਚ ਜਿਹੜੇ ਕਿ ਆਪਾਂ ਕਹਿੰਦੇ ਨੇ ਪਿਆਰ ਇਹਨਾਂ ਅੰਕਲ ਆਂਟੀ ਦੇ ਵਿੱਚ ਪਿਆਰ ਵੀ ਹੈ ਤੇ ਗਾਇਜ਼ ਜਲਦੀ ਤੋਂ ਜਲਦੀ ਇੱਥੇ ਆ ਕੇ ਜੀ ਸਿੰਪਲ ਖਾਣਾ ਹੈ ਇਹ ਨਹੀਂ ਹੈਗਾ ਵੀ ਕੋਈ ਆਪਾਂ ਮਿਲਾਵਟੀ ਜਾਂ ਕੋਈ ਉਹ ਚੀਜ਼ ਦੇ ਜਿਵੇਂ ਆਪਾਂ ਫੈਮਿਲੀ 'ਚ ਜਾਨੀ ਕਿ ਖਾਣਾ ਬਣਾਈਦਾ ਬੱਚਿਆਂ ਨੂੰ ਵੀ ਦੇਈਦਾ ਉਸ ਤਰ੍ਹਾਂ ਇਹ ਵੀ ਬੱਚੇ ਹੀ ਹੁੰਦੇ ਹਨ ਆਪਣੇ ਭੈਣ ਭਰਾ ਹੀ ਹੁੰਦੇ ਆਪਣੇ ਹਨਾ ਇਸ ਲਈ ਵੀ ਵਧੀਆ ਚੀਜ਼ ਦਵੋ ਜੋ ਵੀ ਕੋਈ ਸਾਰੇ ਜਿੰਨੇ ਵੀ ਆ ਜੋ ਵੀ ਕੋਈ ਕਰਦਾ ਆ ਵਧੀਆ ਹੀ ਹੋਣੇ ਚਾਹੀਦਾ ਕੋਈ ਕਿਸੇ ਨੂੰ ਕੋਈ ਪ੍ਰੋਬਲਮ ਨਾ ਹੋਵੇ ਬਸ ਹਨਾ ਜਿਵੇਂ ਕਿ ਅਸੀਂ ਗੱਲ ਕਰ ਲਈਏ ਜੇ ਗੱਲ ਕੀਤੀ ਜਾਵੇ ਛੋਲੇ ਕੁਲਚੇ ਦੀ ਤਾਂ ਤੁਸੀਂ ਦੇਖ ਸਕਦੇ ਹੋ ਛੋਲੇ ਕੁਲਚੇ ਜਿਹੜੇ ਬਣ ਕੇ ਆ ਚੁੱਕੇ ਨੇ ਤੇ ਇਸ ਦੇ ਨਾਲ ਹੀ ਅੰਕਲ ਆਂਟੀ ਦੇ ਪਿਆਰ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਤੇ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜ਼ਰੂਰ ਕਰ ਲਿਓ ਜੇ ਛੋਲੇ ਕੁਲਚੇ ਖਾਣ ਦੇ ਸ਼ੌਕੀਨ ਹੋ ਤਾਂ ਇੱਕ ਵਾਰੀ ਆ ਕੇ ਇੱਥੇ ਜ਼ਰੂਰ ਵਿਜ਼ਿਟ ਕਰ ਲਿਓ ਤੇ ਹੋਰ ਇਦਾਂ ਦੀ ਅਪਡੇਟਸ ਲਈ ਸਾਡੇ ਨਾਲ ਬਣੇ ਰਹੋ ਤੇ ਦੇਖਦੇ ਰਹੋ ਦ ਸਿਟੀ ਹੈਡਲਾਈਨ ਮੈਂ ਨੇਹਾ ਮਲਿਕ ਕੈਮਰਾ ਪਰਸਨ ਵਿਸ਼ੂ ਨਾਲ